ਨਯਾਵਤ ਨੀਰੇ।
कर किनार बहुत हित जास्यों कर किनार बहुत हित जास्यों सदा रहत संग जब ही हंस तजी एह काया जब ही हंस तजी एह काया प्रेत प्रेत कर पादी प्रेत कर पागी प्रेत प्रेत कर पागी विपत परी सब ही संग शादत 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 यह बेद को व्यवहार बनयो है यह बेद को व्यवहार बनयो है जासियों ने हो लगायो जासियों अंतबार नानक बिनहार जी अंतबार नानक बिनहार जी को काम न आयो को काम न आयो को काम विपत परी सब ही संग शादत विपत परी सब ही संग शादत ओ नया वतनी रे
सबही संग छाड़त विपत परी 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 सबही संग छाड़त ऊ नयावत नेरे ऊ नयावत नेरे ऊ नयावत नेरे ऊ नयावत नेरे सुख में रहत चहुं दिस के रे रहत चहुं दिस के रे विपत परी सब ही संग छाड़त विपत परी सब ही संग छाड़त को नयावत नेरे विपत परी सब ही संग छाड़त को ना आवत नेरा धन धन साहिब श्री गुरु तेग बहादुर जी महाराज हिंद दी चादर धर्म रक्षक तिना दे पावन पवित्र अमोलक बचन असी सरवण कर रहे हाँ मनोबिरतियां एकागर करो गज वज के आखो सतनाम श्री वाहेगुरु जी प्रीतम जान लिहो मन माही अपने सुख स्यों ही जग फांदो को काहू को नाही कबीर जी महाराज आखदे कहिंदे दिन ते पहर पहर ते घड़ियां आप घटै तन छिजै काल अहेरी फिरै बदक ज्यों कहो कवन विद कीजै सो दिन आवन लागा मात पिता भाई सुत बनता कहो को है काका ऐ भाई जिहड़ा दिन चढ़िया रविदास जी महाराज आखदे जिहड़ा दिन चढ़िया चले गया जो दिन आवै सो दिन जाही करना कूच रहन थिर नाही संग चलत है हम भी चलना दूर गबन सिर उपर मरना वेख लो भाई जिहड़ा दिन चढ़िया सी दिन तो पैर हो गया पैर तो घड़ी हो गई करद्या करद्या जो दिन आया सी वह चले गया इसे तरह कहिंदे जो समा पिछला लंघ गया दस प्रीतम जान ले हो मन माही सिर्फ परमात्मा दा नाम ऐ मेरी आत्मा प्रीतम जान ले हो मन माही परमात्मा नू याद रख परमात्मा नू हिरदे च वसा लै क्योंकि इस संसार विच तेरा कोई नहीं कोई नहीं। हुण महाराज आखदे कहिंदे वेख लो भाई कबीर तन जाएगो सको ताले हो बहोर नांगे पाऊं ते गए जिनके लख करोड़ वो लखां करोड़ां रुपया होण दे बावजूद भी जदों इस धरती तो गए गए किदां जिदां कबीर जी महाराज आखदे कहिंदे नांगे आवन नांगे जाना जिदां नंगा आया सी उदां ही नंगा चले गया कोई भैण नहीं संग ना कोई भैया वे कहिंदे कोई भरा नहीं कोई मित्र नहीं कोई सज्जन नहीं सारे इत्थे ही रह जाने महाराज आखदे तिन्हां प्यारियां भाइयां अगे दिता बन उन्हां परमात्मा दे प्यारियां दे अगे
ਜਿਨ੍ਹਾਂ ਦੇ ਨਾਲ ਰਿਸ਼ਤੇਦਾਰੀ ਸੀ, ਜਿਨ੍ਹਾਂ ਨਾਲ ਸਾਕ ਸੰਬੰਧੀ ਸੀ, ਜਿਨ੍ਹਾਂ ਦੇ ਨਾਲ ਬਹਿਣਾ ਉੱਠਣਾ ਸੀ, ਉਹ ਸਾਰਿਆਂ ਦੇ ਸਾਹਮਣੇ ਹੀ ਬੰਨ ਕੇ ਮੌਤ ਦੇ ਪਰਵਾਨੇ ਲੈ ਜਾਣਗੇ। ਕੋਈ ਸਾਥ ਨਹੀਂ ਦੇਵੇਗਾ, ਕੋਈ ਨਾਲ ਨਹੀਂ ਜਾਏਗਾ, ਕੋਈ ਬਚਾਏਗਾ ਨਹੀਂ। ਕਿਉਂਕਿ ਮਹਾਰਾਜ ਦੀ ਬਾਣੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰਬਾਣੀ 'ਚ ਆਖਦੇ, ਕਹਿੰਦੇ ਦਰਗਾਹ ਦੇ ਵਿੱਚ ਤਿਸ ਸੱਚੇ ਦੀਵਾਨ ਮੈਂ ਪੱਲਾ ਨਾ ਪਕੜਿਆ, ਕੋਈ ਰੱਬ ਦੀ ਕਚਹਿਰੀ ਵਿੱਚ ਪੱਲਾ ਫੜਨ ਵਾਲਾ ਕੋਈ ਨਹੀਂ, ਬਚਾਉਣ ਵਾਲਾ ਕੋਈ ਨਹੀਂ, ਕਿਸੇ ਦੀ ਚੱਲਦੀ ਨਹੀਂ। ਉੱਥੇ ਚੱਲਦੀ ਹੈ ਜਿਹਨੇ ਨਾਮ ਜਪਿਆ, ਜਿਹਨੇ ਰੱਬ ਨੂੰ ਯਾਦ ਕੀਤਾ। ਹੁਣ ਐਡੀ ਤਗੜੀ ਉਦਾਹਰਣ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇਖ ਰਹੇ ਹਨ, ਕਹਿੰਦੇ ਪ੍ਰੀਤਮ ਜਾਨ ਲਿਹੋ ਮਨ ਮਾਹੀ, ਆਪਣੇ ਸੁੱਖ ਸਿਓ ਹੀ ਜੱਗ ਫਾਂਦਿਓ, ਕੋ ਕਾਹੂ ਕੋ ਨਾਹੀ। ਕਹਿੰਦੇ ਮੈਂ ਤੁਹਾਨੂੰ ਦੱਸ ਰਿਹਾ, ਕੋਈ ਕਿਸੇ ਦਾ ਨਹੀਂ। ਹਮ ਤੁਮ ਸੰਗ ਝੂਠੇ ਸਭ ਬੋਲਾਂ, ਮਹਾਰਾਜ ਦੀ ਬਾਣੀ ਆਖਦੀ, ਕਹਿੰਦੇ ਜਿਹੜਾ ਕਹਿੰਦਾ ਮੈਂ ਤੇਰੇ ਨਾਲ ਹਾਂ ਝੂਠੇ ਬੋਲ ਹੈ। ਅਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਤਾਂ ਇੱਥੋਂ ਤਾਂ ਹੀ ਆਖ ਦਿੱਤਾ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਿਰੰਕਾਰ ਰੂਪ ਉਹ ਗੱਜ ਕੇ ਆਖਦੇ, ਕਹਿੰਦੇ ਨਾਨਕ ਕੱਚੜਿਆਂ ਸੋ ਤੋੜ, ਢੂੰਡ ਸੱਜਣ ਸੰਤ ਪੱਕਿਆ। ਕਹਿੰਦੇ ਕੱਚਿਆਂ ਨਾਲ ਤੋੜ ਦੇ, ਕੱਚਿਆਂ ਦੇ ਮਗਰੋਂ ਲੱਥ ਜਾ, ਕੱਚਿਆਂ ਨੂੰ ਛੱਡ ਦੇ। ਉਹ ਭਾਈ ਵੇਖ ਲਓ, ਕੱਚਾ ਘੜਾ ਨਹੀਂ ਤਾਰ ਸਕਦਾ ਅਤੇ ਕੱਚਾ ਬੰਦਾ ਕਿੱਦਾਂ ਤਾਰ ਦੂ, ਕੱਚਾ ਰੰਗ ਕੁਸੰਭਦਾ, ਕਹਿੰਦੇ ਕਿੱਦਾਂ ਤਾਰ ਦੂ। ਅਤੇ ਦੱਸਦੇ ਕਹਿੰਦੇ ਕੱਚੇ ਕਿਹੜੇ, ਗੁਰਬਾਣੀ ਦੱਸਦੀ ਕਹਿੰਦੇ ਕੱਚੇ ਕਿਹੜੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਆਖਦੇ, ਕਹਿੰਦੇ ਨਾਨਕ ਕੱਚੜਿਆਂ ਸੋ ਤੋੜ, ਢੂੰਡ ਸੱਜਣ ਸੰਤ ਪੱਕਿਆ। ਓਏ ਜੀਵਨ ਦੇ ਵਿਛੜੇ ਉਹ ਮੋਇਆ ਨਾ ਜਾਈ ਛੋੜ, ਓਏ ਉਸ ਪਰਮਾਤਮਾ ਦੇ ਲੜ ਲੱਗੋ ਜਿਹੜਾ ਮਰਿਆਂ ਵੀ ਛੱਡ ਕੇ ਨਹੀਂ ਜਾਏਗਾ, ਮਰਿਆਂ ਵੀ ਤੁਹਾਡੇ ਨਾਲ ਜਾਏਗਾ। ਜਿੱਥੇ ਜਾਓਗੇ ਮਹਾਰਾਜ ਦੀ ਬਾਣੀ ਆਖਦੀ, ਗੁਰ ਕਾ ਬਚਨ ਵਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾਕੈ ਜਾਲੇ। ਗੁਰੂ ਦੇ ਬਚਨ ਦੇ ਲੜ ਲੱਗੋ, ਜਿੱਥੇ ਜਾਵਾਂਗੇ ਨਾਲ ਹੀ ਜਾਏਗਾ। ਗੱਜ ਕੇ ਆਖੋ ਸਤਨਾਮ ਵਾਹਿਗੁਰੂ ਜੀ। ਕਹਿੰਦੇ ਗੁਰੂ ਦੇ ਲੜ ਲਾਇਆ, ਛੱਡ ਦੇ ਕੱਚਿਆਂ ਦਾ ਪੱਲਾ, ਗੁਰੂ ਨੇ ਸਾਡੇ ਕੋਲੋਂ ਲੈਣਾ ਕੁਛ ਨਹੀਂ, ਕੁਛ ਨਹੀਂ ਲੈਣਾ। ਮਹਾਰਾਜ ਕਹਿੰਦੇ ਮੈਂ ਤੁਹਾਡੇ ਤੋਂ, ਕਿਉਂ ਜਿਹੜਾ ਦਾਤਾ ਹੁੰਦਾ ਹੈ ਉਹ ਲੈਂਦਾ ਕੁਛ ਨਹੀਂ। ਮਹਾਰਾਜ ਆਖਦੇ ਸਭਨਾ ਜੀਆਂ ਕਾ ਇੱਕ ਦਾਤਾ, ਉਹ ਦੇਣ ਵਾਲਾ ਹੈ, ਦੇਂਦਾ ਦੇ ਲੈਂਦੇ ਥੱਕ ਪਾਹੇ। ਸਵੇਰ ਤੋਂ ਲੈ ਕੇ ਸ਼ਾਮ ਤਾਈਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਆਖਦੇ ਉਸ ਸੱਚੇ ਦਰਬਾਰ ਦੇ ਅੰਦਰ ਉਸ ਸੱਚੇ ਪਰਮਾਤਮਾ ਨੂੰ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਆਖਦੇ, ਕਹਿੰਦੇ ਨੇ ਆਖੈਂ ਮੰਗੈਂ ਦੇਹੇ ਦੇਹੇ। ਕਹਿੰਦੇ ਰੋਜ਼ ਹੀ ਆਖਦੇ ਹਨ, ਰੋਜ਼ ਹੀ ਮੰਗਦੇ ਹਨ, ਰੋਜ਼ ਹੀ ਦਾਤਾਂ ਵਾਸਤੇ ਝੋਲੀਆਂ ਅੱਡਦੇ ਹਨ। ਅਤੇ ਕਹਿੰਦੇ ਫਿਰ ਉਹਦਾ ਪਰਮਾਤਮਾ ਇੱਦਾਂ ਦਾ ਪਰਮਾਤਮਾ ਨੂੰ ਦਾਤ ਦਿੰਦਾ। ਮਹਾਰਾਜ ਕਹਿੰਦੇ ਫਿਰ ਦਾਤ ਦੇ ਕੇ ਲੈਂਦਾ ਵੀ ਨਹੀਂ, ਫਿਰ ਚਿਤਾਰਦਾ ਵੀ ਨਹੀਂ, ਇਹਨੇ ਪਾਪ ਕਿੰਨੇ ਕੀਤੇ, ਫਰੇਬ ਕਿੰਨੇ ਕੀਤੇ, ਦਗਾ ਕਿੰਨਾ ਕੀਤਾ। ਪਰ ਜਿਹੜੇ ਦੁਨੀਆਦਾਰੀ ਜਿਹਨਾਂ ਦੇ ਮਗਰ ਅਸੀਂ ਭੱਜਦੇ ਫਿਰਦੇ ਹਾਂ, ਮਹਾਰਾਜ ਕਹਿੰਦੇ ਸੁੱਖ ਸੁੱਖ ਕੇ ਹੇਤ ਬਹੁਤ ਦੁੱਖ ਪਾਵਤ। ਅਸੀਂ ਸੁੱਖ ਲੈਣ ਵਾਸਤੇ ਥਾਂ ਥਾਂ 'ਤੇ ਭਟਕਦੇ ਫਿਰਦੇ ਹਾਂ, ਕਦੇ ਕਿਸੇ ਡੇਰੇ, ਕਦੇ ਕਿਸੇ ਚੇਲੇ ਕੋਲ, ਕਦੇ ਕਿਸੇ ਸਾਧ ਕੋਲ, ਕਦੇ ਕਿਸੇ ਪਖੰਡੀ ਕੋਲ ਤੁਰੇ ਫਿਰਦੇ ਹਾਂ। ਮਹਾਰਾਜ ਕਹਿੰਦੇ ਸੁੱਖ ਕੇ ਹੇਤ ਬਹੁਤ ਦੁੱਖ ਪਾਵਤ ਸੇਵਾ ਕਰਤ ਜਨ ਜਨ ਕੀ। ਹਰ ਇੱਕ ਬੰਦੇ ਦੀ ਸੇਵਾ ਕਰਦੇ ਫਿਰਦੇ ਹਾਂ, ਸਾਨੂੰ ਕਿਤੇ ਸੁੱਖ ਦੇ ਦੇਵੇ। ਪਰ ਮਹਾਰਾਜ ਕਹਿੰਦੇ ਨਹੀਂ, ਸੁੱਖ ਕਿਹਦੇ ਕੋਲ ਹੈ, ਸੁੱਖ ਕਿਹਦੇ ਕੋਲ। ਗੁਰਬਾਣੀ ਪੜ੍ਹਦੇ ਹਾਂ ਨਾ, ਮਹਾਰਾਜ ਦੱਸਦੇ ਕਹਿੰਦੇ ਸੁੱਖ ਕਿਹਦੇ ਕੋਲ ਹੈ। ਤਿੰਨ ਹੀ ਸੁਣਿਆ ਦੁੱਖ ਸੁੱਖ ਮੇਰਾ, ਸੁੱਖ ਦੁੱਖ ਤਾਂ ਪਰਮਾਤਮਾ ਕੋਲ, ਸੁੱਖ ਦੁੱਖ ਤੇਰੀ ਆਗਿਆ ਪਿਆਰੇ ਕਿਸ ਤਰ੍ਹਾਂ ਜਾਏ ਰੁਆਈ ਹੈ। ਕਹਿੰਦੇ ਕਿਹੜੇ ਬੰਦੇ ਕੋਲ ਜਾ ਕੇ, ਕਿਹੜੇ ਦੇਵੀ ਦੇਵਤੇ ਕੋਲ ਜਾ ਕੇ ਪੁਕਾਰ ਕਰੀਏ, ਕਿਉਂਕਿ ਸੁੱਖ ਦੁੱਖ ਦਾ ਮਾਲਕ ਜਿਹੜਾ ਹੈ ਉਹ ਪਰਮਾਤਮਾ ਹੈ, ਉਹ ਪਰਮਾਤਮਾ ਹੈ। ਸੁੱਖ ਦੁੱਖ ਦਿੰਦਾ ਹੈ, ਦੇ ਕੇ ਭੇਜਦਾ, ਜਿੱਦਾਂ ਦਿਨ ਅਤੇ ਰਾਤ ਭੇਜੇ ਹਨ, ਜਿੱਦਾਂ ਇਸਤਰੀ ਅਤੇ ਪੁਰਖ ਬਣਾਏ ਹਨ, ਜਿਸ ਤਰ੍ਹਾਂ ਮੇਲ ਫੀਮੇਲ ਬਣਾਏ ਹਨ, ਇਸੇ ਤਰ੍ਹਾਂ ਭਾਈ ਸੁੱਖ ਅਤੇ ਦੁੱਖ ਵੀ ਪਰਮਾਤਮਾ ਨੇ ਝੋਲੀ ਵਿੱਚ ਪਾ ਕੇ ਭੇਜੇ ਹਨ। ਜੇ ਸੰਸਾਰ ਦੀ ਕਾਇਆ ਮਹਾਰਾਜ ਆਖਦੇ ਹਨ, ਕਬੀਰ ਜੀ ਮਹਾਰਾਜ ਆਖਦੇ ਮਾਂ ਬਾਪ ਤੋਂ ਬਗੈਰ ਪੁੱਤਰ ਪੈਦਾ ਨਹੀਂ ਹੋ ਸਕਦਾ। ਇਸੇ ਤਰ੍ਹਾਂ ਕਹਿੰਦੇ ਸੁੱਖਾਂ ਦੁੱਖਾਂ ਤੋਂ ਬਗੈਰ ਇਹ ਜੀਵਨ ਚੱਲਣਾ ਵੀ ਵਿਅਰਥ ਹੈ। ਪਰ ਜਿਹੜਾ ਬੰਦਾ ਸੁੱਖ ਦੇ ਨਾਲ ਬੈਠਾ, ਇੱਥੇ ਮਹਾਰਾਜ ਆਖਦੇ ਕਹਿੰਦੇ ਕੋ ਕਿਸੇ ਦਾ ਨਹੀਂ। ਜੇ ਕਿਸੇ ਨੂੰ ਸੁੱਖ ਦੇਵਾਂਗੇ, ਘਰ ਦੀ ਇਸਤਰੀ ਨੂੰ ਰੋਜ਼ ਪੈਸੇ ਲਿਆ ਕੇ ਦਿੰਦੇ ਰਹੀਏ, ਘਰ ਦੇ ਬੱਚਿਆਂ ਨੂੰ ਰੋਜ਼ ਮੰਗ ਉਹਨਾਂ ਦੀ ਪੂਰੀ ਕਰਕੇ ਪੈਸੇ ਦਿੰਦੇ ਰਹੀਏ, ਅਤੇ ਨਾਲ ਨੇ ਇੱਕ ਦਿਨ ਨਾ ਦਿਓ, ਇੱਕ ਦਿਨ ਕਿਤੇ ਨਾ ਦਿਓ, ਉਸੇ ਦਿਨ ਹੀ ਮਹਾਰਾਜ ਕਹਿੰਦੇ ਮਨਮੁੱਖ ਕੇਰੀ ਦੋਸਤੀ ਮਾਇਆ ਕਾ ਸੰਬੰਧ, ਮਨਮੁੱਖ ਕੇਰੀ ਦੋਸਤੀ ਮਾਇਆ ਕਾ ਸੰਬੰਧ।
ਕਹਿੰਦੇ ਮਨਮੁਖ ਬੰਦੇ ਦੀ ਦੋਸਤੀ ਉਹਨਾਂ ਚਿਰ ਜਿੰਨਾ ਚੱਕਰ ਲੈਣ ਦੇਣ ਰਹੇਗਾ, ਜਿੰਨਾ ਚਿਰ ਪੈਸੇ ਰਹਿਣਗੇ, ਜਿੰਨਾ ਚੱਕਰ ਜੇਬ ਭਰੀ ਹੈ, ਜਿੰਨਾ ਚੱਕਰ ਦਿੰਦਾ ਰਹੇਗਾ ਅਤੇ ਦੇ ਕੇ ਮੰਗੇਗਾ ਨਹੀਂ, ਮਨਮੁਖ ਕੇਰੀ ਦੋਸਤੀ ਮਾਇਆ ਕਾ ਸੰਬੰਧ, ਕਹਿੰਦੇ ਉਹਨਾਂ ਚਿਰ ਹੀ ਬੈਠੇਗਾ। ਜਿਚਰ ਪਹਿਨਣ ਖਾਣੇ ਤੇ ਚਿਰ ਰੱਖਣ ਬੰਦ, ਜਿੰਨਾ ਚੱਕਰ ਪਹਿਨਣਾ, ਜਿੰਨਾ ਚੱਕਰ ਖਾਣਾ, ਜਿੰਨਾ ਚੱਕਰ ਦਿੰਦਾ, ਉਹਨਾਂ ਚੱਕਰ ਕਹਾਂਗੇ ਮੇਰਾ ਭਰਾ, ਮੇਰਾ ਪਿੱਤਰ, ਇਹ ਮੇਰੀ ਮਾਂ, ਇਹ ਮੇਰਾ ਪਿਓ, ਇਹ ਮੇਰੀ ਘਰ ਦੀ, ਇਹ ਮੇਰਾ ਦੋਸਤ, ਇਹ ਮੇਰਾ ਸੱਜਣ, ਇਹ ਮੇਰਾ ਭਰਾ, ਇਹ ਮੇਰਾ ਇਸ਼ਟ, ਇਹ ਮੇਰਾ ਸੁਹਿਰਦ। ਜਿੰਨਾ ਚੱਕਰ ਦਿੰਦਾ ਹੈ ਉਹਨਾਂ ਚੱਕਰ ਤਾਂ ਹੈ, ਅਤੇ ਕਹਿੰਦੇ ਜਿੱਦਣ ਹੀ ਉਹਨੇ ਦੇਣਾ ਬੰਦ ਕਰ ਦਿੱਤਾ। ਆਹ ਵੇਖ ਲਓ ਭਾਈ, ਬੜੀਆਂ ਉਦਾਹਰਨਾਂ ਨੇ, ਬਹੁਤ ਉਦਾਹਰਨਾਂ। ਜਦੋਂ ਪਿਓ ਦਿੰਦਾ ਰਹਿੰਦਾ ਕਿਤੇ ਨਾ ਦੇਵੇ ਤਾਂ ਕਹਿੰਦੇ ਸਾਡੇ ਪਿਓ ਨੇ ਸਾਡੇ ਵਾਸਤੇ ਕੀਤਾ ਕੀ ਹੈ, ਦੇ ਕੇ ਕੀ ਗਿਆ, ਸਾਡੇ ਵਾਸਤੇ ਕੀ ਕੀਤਾ, ਦੂਸਰੇ ਵਾਸਤੇ ਤਾਂ ਸਭ ਕੁਛ ਕਰ ਦਿੱਤਾ। ਉਹ ਭਾਈ ਜੀ ਨੇ ਜਨਮ ਦੇ ਕੇ ਦੁਨੀਆ ਵਿਖਾਈ, ਮਹਾਰਾਜ ਕਹਿੰਦੇ ਜਾਣ ਲਿਓ ਮਨ ਮਾਹੀ, ਰੱਬ ਨੂੰ ਜਾਣ ਲਓ, ਇਹ ਸੁੱਖਾਂ ਦੇ ਸਾਰੇ ਬੈਠੇ ਹਨ ਸੁੱਖਾਂ ਵਾਸਤੇ, ਅਤੇ ਇਹਨਾਂ ਨੂੰ ਸੁੱਖ ਦੇਣ ਵਾਸਤੇ, ਇਹਨਾਂ ਤੋਂ ਸੁੱਖ ਲੈਣ ਵਾਸਤੇ ਮਹਾਰਾਜ ਕਰਦੇ ਕੀ ਹਾਂ। ਗੁਰੂ ਨਾਨਕ ਸਾਹਿਬ ਪਾਤਸ਼ਾਹ ਲਿਖਦੇ ਸੰਬੋਧਨ ਕਰਦੇ, ਗੁਰੂ ਨਾਨਕ ਸਾਹਿਬ ਸੱਚੇ ਸਤਿਗੁਰੂ ਕਹਿੰਦੇ ਗੱਲ ਸੁਣੋ, ਕਹਿੰਦੇ ਸੁੱਖ ਲੈਣ ਵਾਸਤੇ ਬੰਦਾ ਕਰਦਾ ਕੀ, ਕਾਮਨ ਲੋੜਾ ਸੋਇਨਾ ਰੂਪਾ, ਘਰ ਦੀ ਇਸਤਰੀ ਦੀ ਵਿਖਿਆਨ ਕਰਦੇ, ਸਾਰੀਆਂ ਨੂੰ ਨਹੀਂ ਕਹਿੰਦਾ, ਕਈ ਹਨ ਪਰਮਾਤਮਾ ਦੇ ਭਾਣੇ ਦੇ ਵਿੱਚ ਵੀ ਜੋ ਕਹਿੰਦੀਆਂ ਹਨ, ਜੋ ਪਤੀ ਜੀ ਜੋ ਕਹੋਗੇ, ਸੈਲ ਸੰਜਮ ਪ੍ਰਿਆ ਆਗਿਆ ਮਨ ਹੈ ਤਿਸ ਨਾਰੀ ਕੋ ਦੁੱਖ ਨਾ ਜਮਾਨਾ, ਸਾਰਿਆਂ ਵਾਸਤੇ ਨਹੀਂ, ਸਾਰਿਆਂ ਵਾਸਤੇ ਉਪਦੇਸ਼ ਇੱਕੋ ਵਰਗਾ ਹੈ, ਪਰ ਸਾਧਸੰਗ ਜੀ ਸਾਰਿਆਂ ਨੂੰ ਕਿਹਾ ਨਹੀਂ ਜਾਂਦਾ। ਮਹਾਰਾਜ ਆਖਦੇ ਵੇਖ ਲਓ ਭਾਈ, ਜਦੋਂ ਪਰਮਾਤਮਾ ਨੂੰ ਲੋੜਦੇ ਮਿੱਤਰ, ਕਾਮਣ ਲੋੜਾ ਸੋਇਨਾ ਰੂਪਾ, ਮਿੱਤਰ ਲੋੜੇਣ ਸੁੱਖਾਂ ਦਾਤਾ, ਕਹਿੰਦੇ ਹੁਣ ਬੰਦਾ ਕਹਿੰਦਾ ਮੈਂ ਇਹ ਤੋਂ ਸੁੱਖ ਲਵਾਂ ਅਤੇ ਇਹਨੂੰ ਸੁੱਖ ਦੇਵਾਂ, ਫਿਰ ਕਰਦਾ ਕੀ ਹੈ ਘਰ ਦੀ ਇਸਤਰੀ ਨੂੰ? ਮਹਾਰਾਜ ਕਹਿੰਦੇ ਕਾਮਣ ਲੋੜਾ ਸੋਇਨਾ ਰੂਪਾ, ਜਿੱਦਾਂ ਭਾਈ ਗੁਰਦਾਸ ਜੀ ਮਹਾਰਾਜ ਆਖਦੇ ਨਾ, ਕਹਿੰਦਾ ਇਸਤਰੀ ਪੁਰਖਾ ਦਾਮ ਹੇਤ, ਭਾਵੇਂ ਆਏ ਕਿਥਾਂ ਜਾਈ, ਕਹਿੰਦੇ ਇਸਤਰੀ ਨੂੰ, ਪੁਰਖ ਨੂੰ, ਬੱਚਿਆਂ ਨੂੰ ਪੈਸੇ ਨਾਲ ਚੇਤਾ, ਭਾਵੇਂ ਰਿਸ਼ਵਤ ਦਾ ਹੋਵੇ, ਭਾਵੇਂ ਠੱਗੀ ਦਾ ਹੋਵੇ, ਭਾਵੇਂ ਰਾਤ ਬਰਾਤੇ ਕਿਸੇ ਸਕੂਟਰ ਮੋਟਰਸਾਈਕਲ ਕਾਰ ਵਾਲੇ ਨੂੰ ਲੁੱਟ ਕੇ ਬਣਾਇਆ ਹੋਵੇ, ਪੈਸਾ ਚਾਹੀਦਾ, ਜਿੱਦਾਂ ਮਰਜ਼ੀ ਆਉਂਦਾ ਹੋਵੇ। ਹੁਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਵੀ ਲਿਖਦੇ ਕਹਿੰਦੇ ਕਾਮਣ ਲੋੜਾ ਸੋਇਨਾ ਰੂਪਾ, ਮਿੱਤਰ ਲੋੜੇਣ ਸੁੱਖਾਂ ਦਾਤਾ, ਨਾਨਕ ਪਾਪ ਕਰੇ ਤਿੰਨ ਕਾਰਨ। ਕਹਿੰਦੇ ਹੁਣ ਕਰਦਾ ਕੀ ਹੈ, ਆਪਣੇ ਘਰਦਿਆਂ ਨੂੰ ਖੁਸ਼ੀ ਦੇਣ ਵਾਸਤੇ, ਘਰਦਿਆਂ ਦੀਆਂ ਝੋਲੀਆਂ ਭਰਨ ਵਾਸਤੇ, ਉਹਨਾਂ ਨੂੰ ਸੁੱਖਾਂ ਦੀ ਦਾਤ ਦੇਣ ਵਾਸਤੇ, ਉਹਨਾਂ ਕੋਲੋਂ ਸੁੱਖ ਲੈਣ ਵਾਸਤੇ, ਉਹਨਾਂ ਕੋਲੋਂ ਵਡਿਆਈ ਲੈਣ ਵਾਸਤੇ। ਕਹਿੰਦੇ ਫਿਰ ਬੰਦਾ ਪਾਪ ਕਰਦਾ, ਬੰਦਾ ਪਾਪ ਕਰਦਾ, ਅਤੇ ਹੁਣ ਉਹਦਾ ਕੀਤੇ ਪਾਪ ਦਾ ਜਿਹੜਾ ਮਹਾਰਾਜ ਵਿਖਿਆਨ ਕਰਦੇ, ਕਹਿੰਦੇ ਨਾਨਕ ਪਾਪ ਕਰੇ ਤਿੰਨ ਕਾਰਨ, ਜਾਸੀ ਜਮਪੁਰ ਬਾਂਧਾ ਤਾ। ਕਹਿੰਦੇ ਜਮਾਂ ਦੀ ਪੂਰੀ ਨੂੰ ਬੰਨਿਆ ਹੋਇਆ ਜਾਏਗਾ, ਭਾਵੇਂ ਇੱਥੇ ਵੱਡਾ ਦੁਨੀਦਾਰ ਹੋਵੀਂ, ਭਾਵੇਂ ਇੱਥੇ ਜਿੰਨਾ ਮਰਜ਼ੀ ਪੈਸਾ ਕਮਾਉਂਦਾ ਹੋਵੀਂ, ਭਾਵੇਂ ਜੋ ਮਰਜ਼ੀ ਕਰਦਾ ਹੋਵੀਂ, ਪਰ ਕਹਿੰਦੇ ਜਦੋਂ ਇਸ ਧਰਤੀ ਤੋਂ ਜਾਏਗਾ ਹੱਥ ਤੇਰੇ ਖਾਲੀ ਹੋਣਗੇ, ਮਿਲਣਾ ਕੱਖ ਨਹੀਂ, ਜਿਨ੍ਹਾਂ ਨੂੰ ਆਪਣਾ ਕਹਿੰਦਾ ਸੀ ਉਹ ਸਾਰੇ ਤੇਰੇ ਕੋਲੋਂ ਪਰਾਂ ਭੱਜ ਜਾਣਗੇ। ਮਹਾਰਾਜ ਦੀ ਬਾਣੀ ਆਖਦੀ ਕਹਿੰਦੇ ਦੇਖ ਲਓ ਬਈ, ਸੁੱਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੂੰ ਦਿਸ ਘੇਰੇ, ਸੁੱਖਾਂ ਦੇ ਵਿੱਚ ਸਾਰੇ ਬੈਠੇ ਨੇ ਨਾ, ਨਾਲ ਕਿਸੇ ਦਾ ਭਰਾ, ਕਿਸੇ ਦੀ ਭੈਣ, ਕਿਸੇ ਦਾ ਮਾਂ, ਕਿਸੇ ਦਾ ਸਾਖ ਸੰਬੰਧੀ, ਕਹਿੰਦੇ ਸੁੱਖਾਂ ਦੇ ਵਿੱਚ, ਸੁੱਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੋਂ ਦਿਸ ਘੇਰੇ, ਵਿਪਤ ਭਰੀ ਸਭ ਹੀ ਸੰਗ ਛੱਡਤ ਕੋਉ ਨਾ ਆਵਤ ਨੇਰਾ। ਕਿਤੇ ਰੱਬ ਨਾ ਕਰੇ ਕਿਸੇ ਦੇ ਉੱਤੇ ਪੁਲਿਸ ਦਾ ਕੇਸ ਇੱਥੇ ਹੋ ਜਾਵੇ, ਝੂਠਾ ਹੀ ਹੋ ਜਾਵੇ, ਸੱਚਾ ਨਾ ਹੋਵੇ, ਝੂਠਾ ਹੀ ਹੋਇਆ ਹੋਵੇ, ਰੋਜ਼ ਪੁਲਿਸ ਵਾਲੇ ਘਰ ਗੇੜੇ ਮਾਰਦੇ ਹੋਣ, ਰੋਜ਼ ਕਦੇ ਕੋਈ ਆ ਕੇ ਗੇੜਾ ਮਾਰਦਾ ਹੋਵੇ, ਉਸ ਬੰਦੇ ਨੂੰ ਲੱਭਦੇ ਹੋਣ, ਕੇਸ ਭਾਵੇਂ ਝੂਠਾ ਹੀ ਹੋਵੇ, ਆਂਢੀ ਗੁਆਂਢੀ ਵੀ ਜਿਹੜੇ ਇੱਕ ਦਿਨ ਲੁਕਾ ਲੈਣਗੇ, ਦੋ ਦਿਨ ਲੁਕਾ ਲੈਣਗੇ, ਤਿੰਨ ਦਿਨ ਲੁਕਾ ਲੈਣਗੇ, ਉਹ ਜਦੋਂ ਭਾਈ ਕਿਸੇ ਰਿਸ਼ਤੇਦਾਰ ਦੇ ਕੋਲ ਜਾ ਕੇ ਬੈਠੇਗਾ, ਜਿਹੜੇ ਸੁੱਖਾਂ ਦੇ ਵੇਲੇ ਉਹਦੇ ਆਲੇ ਦੁਆਲੇ ਚੌੜ ਚਪੱਟੀ ਲਾ ਕੇ ਬੈਠੇ ਰਹਿੰਦੇ ਸੀ, ਸੁੱਖ ਲੈਂਦੇ ਸੀ, ਉਹ ਅੱਜ ਵਿਪਤ ਪੈ ਗਈ, ਸੰਸਾਰ ਦੀ ਵਿਪਤਾ ਪੈ ਗਈ, ਅਕਾਲ ਪੁਰਖ ਦੀ ਨਹੀਂ, ਸੰਸਾਰ ਦੀ ਵਿਪਤਾ ਪੈ ਗਈ, ਕੋਈ ਕੇਸ ਚੱਲ ਪਿਆ, ਉਹ ਭਾਈ ਝੂਠੇ ਕੇਸ 'ਚ ਨਾਂ ਲੈ ਦਿੱਤਾ। ਹੁਣ ਉਹੋ ਹੀ ਜਿਹੜੇ ਸੱਜਣ ਹਨ ਉਹ ਕਹਿੰਦੇ ਨਾ ਭਾਈ, ਸਾਡੇ ਘਰ ਨਾ ਹੀ ਕਿਤੇ ਸਾਡੇ ਘਰ ਪੁਲਿਸ ਵਾਲੇ ਨਾ ਆ ਜਾਣ ਕਿਧਰੇ, ਕਿਤੇ ਫੜੇ ਨਾ ਜਾਈਏ। ਮਹਾਰਾਜ ਦੀ ਬਾਣੀ ਆਖਦੀ ਨਾ, ਕਹਿੰਦੇ ਲੈ ਭਾਈ ਕਿਤੇ ਸਾਡੇ ਘਰ ਨਾ ਪੁਲਿਸ ਵਾਲੇ ਆ ਜਾਣ। ਇਸੇ ਤਰ੍ਹਾਂ ਹੀ ਮੌਤ ਦੇ ਪ੍ਰਵਾਨਿਆਂ ਨੂੰ ਵੇਖ ਕੇ ਵੀ ਮਨਮੁੱਖ ਇਨਸਾਨ ਭੱਜਦਾ। ਮਹਾਰਾਜ ਆਖਦੇ ਜਗ ਮਰਨ ਨਾ ਪਾਇਆ, ਨਿੱਤ ਆਪ ਲੁਕਾਇਆ, ਮਤ ਜੰਮ ਪਕੜੈ ਲੈ ਜਾਏ ਜੀ, ਉਹ ਕਿਤੇ ਜੰਮ ਫੜ ਕੇ ਨਾ ਲੈ ਜਾਵੇ। ਇਸੇ ਤਰ੍ਹਾਂ ਕਹਿੰਦੇ ਹੁਣ ਵਿਪਤ ਪਰੀ ਸਭ ਹੀ ਸੰਗ ਛੱਡਤ, ਬੜਿਆਂ ਨੇ ਆਪਣੇ ਤਨ 'ਤੇ ਹੰਢਾਇਆ ਇਹ ਕੰਮ, ਝੂਠ ਨਹੀਂ ਕਹਿ ਰਹੇ, ਮਾਸਾ ਜੀ ਵਿਪਤ ਪੜੀ ਅਤੇ ਸੰਗ ਛੱਡ ਕੇ ਭੱਜ ਗਏ ਜਿਨ੍ਹਾਂ ਕੋਲੋਂ ਲੈਂਦੇ ਸੀ। ਹੁਣ ਕਬੀਰ ਜੀ ਮਹਾਰਾਜ ਆਖਦੇ ਕਹਿੰਦੇ ਜੋ
निरतन सरतन कह जाई आगे बैठा पीठ फराए। जदों निरतन आदमी किसी धनवान बंदे दे कोल गया रजोइयां करे बेनतियां करे हाथ जोड़े जिहड़ा धनवान है वह अगों पिठ फरा के बह जांदा वी कितें मंगण ही आया होऊगा। गज के आखो सतनाम मंगण ही आया। कहिंदे मंगण ही आया भाई कितें मंग के ना लै जे कुछ। क्यों? क्योंकि इहने मंगणा ही है, इहने मंगणा ही है। ਗੱਲਾਂ 'ਚੋਂ ਇੱਕ ਗੱਲ ਯਾਦ ਆਈ, ਕਿਤੇ ਕੁੱਤਾ ਤੁਰਿਆ ਜਾਂਦਾ ਸੀ, ਉਸ ਨੂੰ ਇੱਕ ਫਕੀਰ ਆਖਣ ਲੱਗਾ, ਕਹਿੰਦਾ ਇਹ ਕੁੱਤੇ ਤੇਰਾ ਜਨਮ ਵੀ ਕੁੱਤਿਆਂ ਦਾ, ਤੇਰੇ ਕੰਮ ਵੀ ਕੁੱਤਿਆਂ ਦੇ, ਤੂੰ ਕਰਦਾ ਕੀ ਹੈ? ਕਹਿੰਦੇ ਜਦੋਂ ਵੇਖੋ ਤੂੰ ਕਹਿੰਦੇ ਕਦੇ ਧਰਤੀ 'ਤੇ ਨਹੀਂ ਪਿਸ਼ਾਬ ਕਰਦਾ, ਕਦੇ ਧਰਤੀ 'ਤੇ ਮੂਤਦਾ ਨਹੀਂ, ਕਹਿੰਦੇ ਕੰਧ ਨਾਲ ਮੂਤਦਾ, ਜਦੋਂ ਕਰਦਾ ਕਹਿੰਦੇ ਪਿਸ਼ਾਬ ਕੰਧ ਨਾਲ ਕਰਦਾ ਹੈ। ਦੂਜਾ ਕਹਿੰਦੇ ਜਦੋਂ ਕੋਈ ਫਕੀਰ ਵੇਖਦਾ, ਜਦੋਂ ਕੋਈ ਮੰਗਤਾ ਵੇਖਦਾ ਉਹਦੇ ਮਗਰ ਭੱਜ ਪੈਂਦਾ, ਜਦੋਂ ਕੋਈ ਮੰਗਤਾ ਵੇਖਦਾ ਉਹਦੇ ਮਗਰ ਭੱਜ ਪੈਂਦਾ। ਕਹਿੰਦੇ ਅਤੇ ਕਹਿੰਦੇ ਰਾਤ ਨੂੰ, ਕਹਿੰਦੇ ਦਿਨੇ ਸਾਰੀ ਦਿਹਾੜੀ ਭਾਵੇਂ ਤੂੰ ਜੋ ਬੋਲੇ ਨਾ ਭੌਂਕੇ ਨਾ, ਪਰ ਰਾਤ ਨੂੰ ਕਹਿੰਦੇ ਤੂੰ ਇੰਨਾ ਭੌਂਕਦਾ, ਇਹ ਤਿੰਨ ਕਾਰਨ ਤੇਰੇ ਵਿੱਚ ਕਾਹਦੇ ਵਾਸਤੇ ਨੇ, ਇਹ ਕਾਹਦੇ ਵਾਸਤੇ ਨੇ? ਤੂੰ ਕਹਿੰਦੇ ਹੋਰ ਕੋਈ ਬੰਦਾ ਨਹੀਂ ਲੱਭਦਾ ਤੈਨੂੰ ਭੌਂਕਣ ਵਾਸਤੇ, ਹੋਰ ਕੋਈ ਥਾਂ ਨਹੀਂ ਲੱਭਦੀ ਤੈਨੂੰ ਪਿਸ਼ਾਬ ਕਰਨ ਵਾਸਤੇ, ਹੋਰ ਕੋਈ ਥਾਂ ਨਹੀਂ ਹੈ ਜਿੱਥੇ ਕਹਿੰਦਾ ਤੂੰ ਬੋਲਦਾ ਜਿਹਦੇ ਮਗਰ ਪਵੇਂ। ਕਹਿੰਦੇ ਜਦੋਂ ਤੂੰ ਕੋਈ ਮੰਗਤਾ ਵੇਖ ਲੈਂਦਾ ਹੱਥ ਵਿੱਚ ਸੋਟੀ ਮੰਗਣ ਵਾਲਾ ਵੇਖ ਲਿਆ ਉਹਦੇ ਮਗਰ ਭੱਜ ਜਾਂਦਾ। ਉਹ ਕਹਿੰਦਾ ਕੁੱਤਾ ਅੱਗੋਂ ਬੋਲਣ ਲੱਗਿਆ, ਕਹਿੰਦਾ ਮੈਂ ਇਸ ਵਾਸਤੇ ਇਹਨਾਂ ਨੂੰ ਪੈਂਦਾ ਫਕੀਰ ਜੀ, ਉਹ ਭਾਈ ਮੈਂ ਧਰਤੀ 'ਤੇ ਪਿਸ਼ਾਬ ਇਸ ਵਾਸਤੇ ਨਹੀਂ ਕਰਦਾ, ਧਰਤੀ ਦੇ ਉੱਤੇ ਖਲੇਰਾ ਇਸ ਵਾਸਤੇ ਨਹੀਂ ਪਾਉਂਦਾ, ਬਈ ਜਿਸ ਧਰਤੀ ਦੇ ਉੱਤੇ ਕਿਸੇ ਨੇ ਬਹਿ ਕੇ ਰੱਬ ਦਾ ਨਾਂ ਲੈਣਾ ਉਹ ਧਰਤੀ ਗੰਦੀ ਨਾ ਕਰਾਂ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਹਿੰਦੇ ਧਰਤੀ ਗੰਦੀ ਨਾ ਕਰਾਂ ਇਸ ਵਾਸਤੇ, ਕਹਿੰਦੇ ਮੈਂ ਧਰਤੀ 'ਤੇ ਪਿਸ਼ਾਬ ਨਹੀਂ ਕਰਦਾ, ਵੀ ਭਾਈ ਪਤਾ ਨਹੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਆਖਿਆ ਹੋਰ ਕੇਤੇ ਤੁਦਨੋ ਗਾਵਣ ਸੇਵੈ ਚਿੱਤ ਨਾ ਆਵਣ। ਕਹਿੰਦੇ ਮੈਨੂੰ ਪਤਾ ਨਹੀਂ ਕਿਹੜੀ ਧਰਤੀ ਦੇ ਉੱਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਕਿਹੜੇ ਬੰਦੇ 'ਤੇ ਕਿਰਪਾ ਕਰ ਦੇਣੀ ਜਿਹੜਾ ਰੱਬ ਦਾ ਨਾਂ ਲੈਂਦਾ ਹੋਵੇ। ਇਸ ਵਾਸਤੇ ਕਹਿੰਦੇ ਧਰਤੀ 'ਤੇ ਮੈਂ ਪਿਸ਼ਾਬ ਨਹੀਂ ਕਰਦਾ, ਧਰਤੀ 'ਤੇ ਮੈਂ ਵਿਸਟਾ ਨਹੀਂ ਖਲੇਰਦਾ। ਅਤੇ ਕਹਿੰਦੇ ਫਿਰ ਕਹਿੰਦੇ ਤੂੰ ਦੂਸਰਾ, ਕਹਿੰਦਾ ਮੈਂ ਭੌਂਕਦਾ ਦੂਸਰਾ ਇਸ ਵਾਸਤੇ ਹਾਂ, ਭਿਖਾਰੀਆਂ ਨੂੰ ਮੰਗਣ ਵਾਲਿਆਂ ਨੂੰ ਇਸ ਵਾਸਤੇ ਭੌਂਕਦਾ, ਉਹ ਮੰਗਣ ਵਾਲਿਓ ਸ਼ਰਮ ਕਰੋ, ਜਿਹੜਾ ਆਪ ਮੰਗਤਾ ਤੁਸੀਂ ਉਹਦੇ ਕੋਲੋਂ ਲੈ ਕੇ ਕੀ ਲਓਗੇ, ਇਹਦੇ ਕੋਲੋਂ ਕਿਉਂ ਮੰਗਦੇ ਹੋ? ਜੇ ਮੰਗਣਾ ਹੀ ਹੈ ਤਾਂ ਉਸ ਦਤਾਰ ਕੋਲੋਂ ਮੰਗੋ ਜਿਹਦਾ ਝੋਲੀਆਂ ਭਰ ਕੇ ਦਿੰਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਇਓ, ਜਿਹੜਾ ਇੰਨਾ ਕੁਛ ਦੇ ਕੇ ਵੀ ਕਦੇ ਉਹਨੇ ਸੀ ਨਹੀਂ ਕੀਤੀ, ਕਦੇ ਕਿਹਾ ਨਹੀਂ। ਮਹਾਰਾਜ ਦੀ ਬਾਣੀ ਆਖਦੀ ਕਹਿੰਦੇ ਜਾਨ ਕੋ ਦੇਤ ਅਜਾਨ ਕੋ ਦੇਤ ਜ਼ਮੀਨ ਕੋ ਦੇਤ ਜਮਾਨ ਕੋ ਦੇ ਹੈ ਕਾਹੇ ਕੋ ਡੋਲਤ ਹੈ ਤੁਮਰੀ ਸੁੱਧ ਸੁੰਦਰ ਸੀ ਪਦਮਾ ਪਤ ਲੇ ਹੈ। ਕਹਿੰਦੇ ਜਿਹਨਾਂ ਨੂੰ ਜਾਣਦਾ ਇਹ ਨਹੀਂ ਕਿਸੇ ਨੂੰ ਨਹੀਂ ਜਾਣਦਾ, ਅਤੇ ਜਿਹਨਾਂ ਨੂੰ ਨਹੀਂ ਜਾਣਦਾ ਕਹਿੰਦੇ ਇਸ ਵਾਸਤੇ ਪਰਮਾਤਮਾ ਸਾਰਿਆਂ ਨੂੰ ਦਿੰਦਾ। ਮੈਂ ਵੇਖ ਕੇ ਕਹਿੰਦੇ ਕੋਈ ਮੰਗਣ ਵਾਲਾ ਉਹਦੇ ਮਗਰ ਇਸ ਵਾਸਤੇ ਭੱਜਦਾ ਵੀ ਇਸ ਦਰ ਤੋਂ ਨਾ ਮੰਗ, ਇਸ ਦਰ ਦੇ ਉੱਤੇ ਕੱਖ ਨਹੀਂ, ਇਹ ਤਾਂ ਆਪ ਮੰਗਤਾ ਹੀ, ਜੇ ਮੰਗਣਾ ਹੀ ਉਸ ਪਰਮਾਤਮਾ ਮੁਹਰੇ ਝੋਲੀ ਅੱਡ, ਜਿਹੜਾ ਝੋਲੀ ਵਿੱਚ ਖੈਰ ਪਾ ਕੇ ਕਦੇ ਵਾਪਸ ਨਹੀਂ ਲੈਂਦਾ। ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਅਤੇ ਕਹਿੰਦੇ ਮੈਂ ਰਾਤ ਨੂੰ ਇਸ ਵਾਸਤੇ ਭੌਂਕਦਾ, ਰਾਤ ਨੂੰ ਕਹਿੰਦੇ ਇਸ ਵਾਸਤੇ ਜ਼ਿਆਦਾ ਭੌਂਕਦਾ ਬਈ ਉਹ ਪਰਮਾਤਮਾ ਦੇ ਦਿੱਤੀ ਦਾਤ ਦੇ ਬਦਲੇ ਤੁਸੀਂ ਰਾਤਾਂ ਨੂੰ ਸੌਣ ਵਾਲਿਓ, ਕਿਤੇ ਉੱਠੋ ਰੱਬ ਨੂੰ ਯਾਦ ਕਰ ਲਓ, ਪਿੱਛੜ ਰਾਤੀ ਸੱਦੜਾ ਨਾਮ ਖਸਮ ਕਾ ਲਿਹੋ। ਕਹਿੰਦੇ ਬਾਬਾ ਫਰੀਦ ਜੀ ਮਹਾਰਾਜ ਨੇ ਆਖਿਆ ਪਿੱਛੜ ਰਾਤ ਹੋ ਗਈ, ਉੱਠੋ ਭਾਈ ਸੁੱਤੇ ਨਾ ਰਹਿ ਜਿਓ, ਸੁੱਤਿਆਂ ਪਰਮਾਤਮਾ ਨਹੀਂ ਮਿਲਣਾ, ਰਾਤ ਕਥੂਰੀ ਵੰਡੀ ਆ ਸੁੱਤਿਆਂ ਮਿਲੇ ਨਾ ਭਾਓ। ਕਹਿੰਦੇ ਸੁੱਤਿਆਂ ਨਹੀਂ ਜੇ ਮਿਲਣਾ ਮੈਂ ਰਾਤ ਨੂੰ ਭੌਂਕ ਭੌਂਕ ਕੇ ਇਸ ਵਾਸਤੇ ਠਾਣਾ ਵੀ ਸ਼ਾਇਦ ਕੋਈ ਮੇਰੀ ਆਵਾਜ਼ ਸੁਣ ਕੇ ਉੱਠ ਜਾਵੇ, ਇੱਕ ਜਗੰਦੇ ਨਾ ਲੈਣ ਇੱਕ ਨਾ ਸੁੱਤਿਆਂ ਦੇ ਉਠਾਲ, ਪਰਮਾਤਮਾ ਦਾ ਡਰ ਭਾਓ ਇਹਨਾਂ ਦੇ ਹਿਰਦੇ 'ਚ ਵੱਸ ਜਾਵੇ, ਇਹ ਵੀ ਉੱਠ ਕੇ ਰੱਬ ਨੂੰ ਯਾਦ ਕਰ ਲੈਣ, ਇਸ ਵਾਸਤੇ ਕਹਿੰਦੇ ਮੈਂ ਰਾਤਾਂ ਨੂੰ ਭੌਂਕਦਾ ਹਾਂ। ਅਤੇ ਨੌਵੇਂ ਪਾਤਸ਼ਾਹ ਵੀ ਆਖਦੇ ਕਹਿੰਦੇ ਜੇ ਸਿੱਖਿਆ ਲੈਣੀ ਤਾਂ ਕੁੱਤੇ ਤੋਂ ਵੀ ਲੈ ਲਓ, ਜੇ ਸਿੱਖਿਆ ਲੈਣੀ ਹੈ। ਮਹਾਰਾਜ ਲਿਖਦੇ ਨਾ ਕਹਿੰਦੇ ਸਵਾਮੀ ਕੋ ਗ੍ਰਹਿ ਜਿਉਂ ਸਦਾ ਸਵਾਨ ਤਜਤ ਨਹੀਂ ਨਿੱਤ ਨਾਨਕ ਇਹ ਵਿਦ। ਇਸ ਤਰੀਕੇ ਨਾਲ ਕਹਿੰਦੇ ਜਿੱਦਾਂ ਕੁੱਤਾ ਆਪਣੇ ਮਾਲਕ ਦਾ ਦਰ ਕਦੇ ਨਹੀਂ ਛੱਡਦਾ, ਭਾਵੇਂ ਉਹਨੂੰ ਸੌ ਸੌ ਜੁੱਤੇ ਪੈਂਦੇ ਹੋਣ, ਭਾਵੇਂ ਉਹਨੂੰ ਗਾਲਾਂ ਕੱਢੀਏ, ਭਾਵੇਂ ਉਹਨੂੰ ਭੁੱਖਾ ਰੱਖ ਦੇਈਏ, ਭਾਵੇਂ ਉਹਨੂੰ ਇੱਕ ਟਾਈਮ ਰੋਟੀ ਦੇਈਏ, ਕਦੇ ਦਰ ਛੱਡ ਕੇ ਨਹੀਂ ਜਾਂਦਾ। ਕਹਿੰਦੇ ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋਡੇ। ਇਸੇ ਤਰ੍ਹਾਂ ਸਾਡੀ ਬਿਰਤੀ ਹੋ ਜਾਏ ਜਿੱਦਾਂ ਬਾਬਾ ਫਰੀਦ ਜੀ ਮਹਾਰਾਜ ਆਖਦੇ ਕਿਸੇ ਬੰਦੇ ਕੋਲੋਂ ਸੁੱਖ ਨਹੀਂ ਮਿਲਣਾ, ਨਹੀਂ ਮਿਲਣਾ, ਪਰ ਅਸੀਂ ਕਹਿੰਦੇ ਹਾਂ ਮਹਾਰਾਜ ਕਹਿੰਦੇ ਵੇਖ ਲਓ ਭਾਈ ਸੁੱਖਾਂ ਦੇ ਵਾਸਤੇ ਪਿਪਤ ਪਰੀ ਸਭ ਹੀ ਸੰਗ ਛੱਡਤ
ਕੋਊ ਨਾ ਆਵਤ ਨੇੜੇ, ਕਹਿੰਦੇ ਕੋਈ ਨੇੜੇ ਨਹੀਂ ਆਇਆ। ਹੁਣ ਵੱਡੀ ਗੱਲ ਮਹਾਰਾਜ ਆਖਦੇ, ਕਹਿੰਦੇ ਘਰ ਕੀ ਨਾਰ, ਘਰ ਕੀ ਨਾਰ ਬਹੁਤ ਹਿੱਤ ਜਾਂ ਸਿਉ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਆ ਜਿੰਨੇ ਅਸੀਂ ਬੈਠੇ ਹਾਂ, ਜਿੰਨੇ ਸੁਣ ਰਹੇ ਹਾਂ ਸਾਧਸੰਗ ਜੀ, ਜਿਹੜੇ ਮਰ ਗਏ ਹਨ, ਸਾਡੇ ਕੋਲੋਂ ਚਲੇ ਗਏ ਹਨ, ਰੱਬ ਨਾ ਕਰੇ ਕਿਸੇ ਦੇ ਸੁਪਨੇ 'ਚ ਰੋਜ਼ ਆਉਣ ਲੱਗ ਪਵੇ, ਰੋਜ਼ ਆਉਣ ਲੱਗ ਪਵੇ, ਜਿੰਨਾ ਮਰਜ਼ੀ ਪਿਆਰਾ ਹੋਵੇ, ਉਹਦੇ ਨਾਲ ਸੌਂਦੇ ਹੋਈਏ, ਉਹਦੇ ਨਾਲ ਬਹਿੰਦੇ ਹੋਈਏ, ਉਹਦੇ ਨਾਲ ਰੋਟੀ ਖਾਂਦੇ ਹੋਈਏ, ਆਪਣੇ ਕੱਪੜੇ ਉਹਦੇ ਕੱਪੜੇ ਲਾਹ ਲਾ ਕੇ ਪਾਉਂਦੇ ਹੋਈਏ, ਇੱਕੋ ਥਾਲੀ ਵਿੱਚ ਪ੍ਰਸ਼ਾਦਾ ਛਕਦੇ ਹੋਈਏ, ਇੱਕੋ ਬਾਥਰੂਮ 'ਚ ਨਹਾਉਂਦੇ ਹੋਈਏ, ਪਰ ਸਾਧਸੰਗਤ ਜੀ ਜੇ ਰੋਜ਼ ਹੀ ਉਹ ਬੰਦਾ ਸੁਪਨੇ 'ਚ ਮਰਿਆ ਆਉਣ ਲੱਗ ਪਵੇ ਨਾ, ਤਾਂ ਤੁਰ ਪੈਂਦੇ ਹਾਂ ਭਾਈ ਇਹਦਾ ਪਾ ਕਰੀਏ ਕਿਸੇ ਪਾਸਿਓਂ, ਸਾਡੇ ਕੋਲ ਨਾ ਬੈਠੇ ਕਰਦੇ ਨਾ। ਜੇ ਇੱਕ ਦਿਨ ਆ ਗਿਆ, ਦੋ ਦਿਨ ਆ ਗਿਆ, ਤਿੰਨ ਦਿਨ ਆ ਗਿਆ, ਫਿਰ ਆਖਦੇ ਮਰਿਆ ਕਿਸੇ ਦਾ ਸੰਗ ਹੈ। ਇੱਥੇ ਹੁਣ ਮਹਾਰਾਜ ਆਖਦੇ, ਕਹਿੰਦੇ ਘਰ ਕੀ ਨਾਰ ਬਹੁਤ ਹਿੱਤ ਜਾਂ ਸਿਉ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ। ਆਪਣੇ ਤਾਂ ਨਹੀਂ ਭਾਈ, ਹਿੰਦੂ ਵੀਰ ਜਾਂਦੇ ਨਾ ਜਿੱਥੇ ਹਰਿਦੁਆਰ ਨੂੰ, ਇੰਨਾ ਕੁ ਜ਼ਿਆਦਾ ਵਹਿਮ ਪਾ ਕੇ ਬੈਠੇ ਹਾਂ। ਵੇਖ ਲਓ ਭਾਈ, ਗੱਡੀ ਜਾਣਾ ਨਾ, ਗੱਡੀ ਦੇ ਵਿੱਚ ਜਿਹੜਾ ਮਰਿਆ ਬੰਦਾ ਉਹਦੀ ਟਿਕਟ ਵੀ ਨਾਲ ਲੈਂਦੇ ਹਾਂ। ਜੇ ਰਸਤੇ 'ਚ ਕਿਤੇ ਚਾਹ ਪੀਣੀ, ਕਹਿੰਦੇ ਉਹਨੂੰ ਵੀ ਚਾਹ ਪਿਆ ਦਿਓ। ਜਦੋਂ ਘਰੋਂ ਲੈ ਕੇ ਜਾਣਾ, ਪਰਨਾ ਪਿੱਛੇ ਨੂੰ ਸੁੱਟ ਕੇ ਸਾਰੇ ਕਮਰਿਆਂ 'ਚੋਂ ਘੁਮਾ ਕੇ ਜਾਂਦੇ ਹਾਂ, ਉਹਨੂੰ ਆਵਾਜ਼ ਮਾਰ ਕੇ ਲੈ ਕੇ ਜਾਂਦੇ ਹਾਂ। ਕਿਉਂ? ਕਿਉਂਕਿ ਪ੍ਰੇਤ ਹੋ ਗਿਆ। ਪ੍ਰੇਤ ਦਾ ਮਤਲਬ ਡਰਾਉਣ ਵਾਲਾ, ਡਰ ਲੱਗਦਾ ਨਾ। ਵੇਖ ਲਓ ਫਿਰ ਕਿੱਥੇ, ਜਿੱਥੇ ਰਸਤੇ 'ਚ ਰੋਕੀਏ, ਇੱਕ ਟੁੱਬੀ ਉਹਦੀ ਕਰਾਉਂਦੇ ਹਾਂ, ਇੱਕ ਆਪਣੀ ਇਸ਼ਨਾਨ ਕਰਾਉਂਦੇ, ਇੱਕ ਚਾਹ ਦਾ ਕੱਪ ਉਹਨੂੰ ਪਿਆਉਂਦੇ, ਇੱਕ ਆਪ ਪੀਂਦੇ ਹਾਂ, ਇੱਕ ਥਾਲੀ ਉਹਦੀ ਲੈਂਦੇ ਹਾਂ। ਇਹ ਸਾਧਸੰਗਤ ਜੀ ਕਾਹਦੇ ਵਾਸਤੇ? ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਖਦੇ, ਕਹਿੰਦੇ ਘਰ ਕੀ ਨਾਰ ਬਹੁਤ ਹਿੱਤ ਜਾਂ ਸਿਉ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਵੇਖ ਲਓ ਭਾਈ, ਫਿਰ ਉਹਦੀ ਜਦੋਂ ਲੈ ਕੇ ਜਾਂਦੇ, ਜਿਹੜਾ ਗੱਡੀ 'ਚ ਲੈ ਕੇ ਜਾਂਦੇ ਉਹਦੀ ਸੀਟ ਖਾਲੀ, ਜੇ ਕਾਰ 'ਚ ਲੈ ਕੇ ਜਾਣਾ ਉਹਦੀ ਸੀਟ ਖਾਲੀ। ਕਿਉਂ? ਡਰ ਲੱਗਦਾ ਕਿਤੇ ਵਾਪਸ ਨਾ ਆ ਜਾਵੇ, ਆ ਕੇ ਫਾੜੀ ਨਾ ਲਵੇ, ਜੇ ਰਾਤ ਨੂੰ ਸੁਪਨਿਆਂ 'ਚ ਤੰਗ ਨਾ ਕਰੇ। ਅਤੇ ਨੌਵੇਂ ਪਾਤਸ਼ਾਹ ਪਹਿਲੇ ਆਖਦੇ, ਕਹਿੰਦੇ ਜਿਨ੍ਹਾਂ ਨਾਲ ਪ੍ਰੇਮ ਪਾਇਆ ਸੀ ਇਹ ਛੱਡ ਗਏ, ਇਹ ਛੱਡ ਗਏ, ਇੱਥੇ ਹੀ ਛੱਡ ਜਾਣਗੇ। ਮਹਾਰਾਜ ਕਹਿੰਦੇ ਨਾਨਕ ਕਚੜਿਆਂ ਸੋ ਤੋੜ ਢੂੰਡ ਸੱਜਣ ਸੰਤ ਪੰਕਿਆ। ਉਹ ਜੀਵਨ ਦੇ ਵਿਛੜੇ, ਜੀਂਦਿਆਂ ਹੀ ਕਈਆਂ ਦੇ ਵਿਛੜੇ ਪਏ ਹਨ, ਕਈ ਭੈਣ ਭਰਾ ਆਪਸ 'ਚ ਬੋਲਦੇ ਹੀ ਨਹੀਂ, ਸਕੇ ਮਾਂ ਪਿਓ, ਸਕੇ ਮਾਂ ਪੁੱਤਰ ਆਪਸ 'ਚ ਨਹੀਂ ਬੋਲਦੇ, ਸਕਾ ਪਿਓ ਪੁੱਤਰ ਆਪਸ 'ਚ ਨਹੀਂ ਬੋਲਦੇ, ਮਾਮਾ ਮਾਸੜ ਚਾਚਾ ਤਾਇਆ, ਕੋਈ ਐਸਾ ਥਾਂ ਨਹੀਂ, ਕੋਈ ਐਸਾ ਬੰਦਾ ਨਹੀਂ ਬੈਠਾ ਜਿਹਦਾ ਕੋਈ ਨਾ ਕੋਈ ਰਿਸ਼ਤੇਦਾਰ ਨਾ ਵਿਛੜਿਆ ਹੋਵੇ, ਭਾਵ ਨਾ ਬੋਲਦਾ ਹੋਵੇ। ਕਿਸੇ ਨਾ ਕਿਸੇ ਪਾਸਿਓਂ ਅਸੀਂ ਵਿੰਗੇ ਹਾਂ। ਅਤੇ ਮਹਾਰਾਜ ਨੇ ਸੱਚ ਆਖਿਆ, ਕਹਿੰਦੇ ਉਹ ਜੀਵਨ ਦੇ ਵਿਛੜੇ, ਉਹ ਭਾਈ ਇਹ ਤਾਂ ਜੀਂਦਿਆਂ ਹੀ ਵਿਛੜ ਗਏ, ਪਰ ਪਰਮਾਤਮਾ ਦੇ ਦਰ 'ਤੇ ਉੱਤੇ ਰਜੋਈਆਂ ਕਰ, ਉਹ ਮੋਇਆਂ ਨਾ ਜਾਈ ਛੋੜ। ਜਿਹੜਾ ਮਰਿਆ ਵੀ ਛੱਡ ਕੇ ਨਹੀਂ ਜਾਂਦਾ, ਜਿੱਥੇ ਜਾਏਗਾ ਉੱਥੇ ਨਾਲ ਹੀ ਜਾਏਗਾ, ਜਿੱਥੇ ਮਰਜ਼ੀ ਲੈ ਜਾਓ। ਘਰ ਕੀ ਨਾਰ ਬਹੁਤ ਹਿੱਤ ਜਾਂ ਸਿਉ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਮਹਾਰਾਜ ਕਹਿੰਦੇ ਫਿਰ ਤੁਹਾਡੇ ਹੱਥ ਕੁਛ ਨਹੀਂ, ਇਹ ਤਾਂ ਵਿਧ ਦਾ ਵਿਹਾਰ ਹੈ, ਇਹ ਵਿਧ ਕੋ ਵਿਵਹਾਰ ਬਣਿਓ ਹੈ, ਜਾਂ ਸਿਉ ਨਿਹੋਂ ਲਗਾਇਓ। ਕਹਿੰਦੇ ਵੇਖ ਲਓ, ਇਹ ਤਾਂ ਵਿਧੀ ਨੇ ਵਿਧਾਨ ਬਣਾਇਆ, ਜਿਹਦੇ ਜਿਹਦੇ ਨਾਲ ਵੀ ਆਪਾਂ ਨਿਹੋਂ ਕੀਤਾ, ਜਿਹਦੇ ਨਾਲ ਵੀ ਪਿਆਰ ਕੀਤਾ, ਜਿਹਦੇ ਨਾਲ ਵੀ ਅਸੀਂ ਆਪਣੇ ਜੀਵਨ ਦਾ ਕਾਰ ਵਿਹਾਰ ਕਰਦਿਆਂ ਜੁੜੇ ਹਾਂ, ਉਹ ਭਾਈ ਸਾਰੇ ਹੀ ਇੱਥੇ ਰਹਿ ਜਾਣਗੇ। ਪਰਮਾਤਮਾ ਆਖਦੇ, ਕਹਿੰਦੇ ਕੌਣ ਨਾ ਮੂਆ, ਕੌਣ ਨਾ ਮਰਸੀ, ਕਹਿੰਦੇ ਕਿਹੜਾ ਨਹੀਂ ਮਰਿਆ ਅਤੇ ਕਿਹੜਾ ਨਹੀਂ ਮਰੂਗਾ। ਇਸ ਸੰਸਾਰ ਦੇ ਉੱਤੋਂ ਸਾਰਿਆਂ ਨੇ ਜਾਣਾ, ਇਸ ਵਾਸਤੇ ਰੱਬ ਦੀ ਕਚਹਿਰੀ ਦੇ ਵਿੱਚ ਲੱਗੋ, ਰੱਬ ਦੇ ਨਾਮ ਨਾਲ ਜੁੜੋ, ਰੱਬ ਨੂੰ ਹੀ, ਪਰਮਾਤਮਾ ਨੂੰ ਹੀ, ਗੁਰੂ ਕੀ ਬਾਣੀ ਨੂੰ ਹਿਰਦੇ ਵਿੱਚ ਵਸਾਓ, ਕਿਉਂਕਿ ਇਹ ਬਾਣੀ ਮਹਾਂਪੁਰਖ ਕੀ ਨਿੱਜ ਘਰ ਵਾਸਾ ਹੋਏ। ਇਸ ਬਾਣੀ ਦੇ ਨਾਲ, ਇਸ ਬਾਣੀ ਦੇ ਨਾਲ ਲੱਗਿਆ, ਕਿਉਂਕਿ ਬਾਣੀ ਮਹਾਰਾਜ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਆਖਦੇ, ਕਹਿੰਦੇ ਧੁਰ ਕੀ ਬਾਣੀ ਆਈ, ਧੁਰ ਦੀ ਇਹ ਬਾਣੀ ਅਕਾਲ ਪੁਰਖ ਦੀ ਬਾਣੀ ਹੈ। ਅਤੇ ਲੈ ਕੇ ਕੌਣ ਆਇਆ ਧੁਰ ਦੀ ਬਾਣੀ? ਧੁਰ ਵਾਲਾ ਬੰਦਾ ਹੀ ਲੈ ਕੇ ਆਇਆ, ਕਿਸੇ ਦੂਸਰੇ ਦੇ ਹੱਥ ਥੋੜ੍ਹਾ ਆਈ। ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਖਦੇ, ਕਹਿੰਦੇ ਅੰਤ ਵਾਰ ਨਾਨਕ ਬਿਨ ਹਰ ਜੀ ਕੋਉ ਕਾਮਨਾ ਆਇਓ। ਅੰਤ ਵਾਰ, ਅੰਤ ਦਾ ਅਰਥ ਜਦੋਂ ਮਰਨਾ, ਕਿਸੇ ਨੇ ਸਾਥ ਨਹੀਂ ਆਉਣਾ। ਤ੍ਰਿਲੋਚਨ ਜੀ ਮਹਾਰਾਜ ਲਿਖਦੇ ਹਨ, ਕਹਿੰਦੇ ਅੰਤਕਾਲ ਜੋ ਲਛਮੀ ਸਿਮਰੇ ਐਸੀ ਚਿੰਤਾ ਮਹਿ ਜੇ ਮਰੈ। ਕਹਿੰਦੇ ਵੇਖ ਲਓ ਭਾਈ, ਅੰਤਕਾਲ ਪੈਸੇ ਨੂੰ ਸਿਮਰ ਕੇ, ਇਸਤਰੀ ਨੂੰ ਸਿਮਰ ਕੇ, ਪੁੱਤਰਾਂ ਨੂੰ ਸਿਮਰ ਕੇ, ਘਰ ਬਾਰ ਨੂੰ ਸਿਮਰ ਕੇ, ਜਿਹੜੇ ਬੰਦੇ ਮਰੇ ਹਨ ਸਾਰਿਆਂ ਦਾ ਦੱਸ ਦਿੱਤਾ। ਮਹਾਰਾਜ ਆਖਦੇ ਬਾਣੀ ਦੇ ਵਿੱਚ, ਕਹਿੰਦੇ ਅੰਤਕਾਲ ਪੈਸੇ ਨੂੰ ਸਿਮਰਿਆ, ਅਤੇ ਕਾਹਦੇ ਵਾਸਤੇ? ਕਹਿੰਦੇ ਸੱਪ ਦੀ ਜੂਨ ਤਿਆਰ ਪਈ ਹੈ, ਸਰਪ ਜੂਨ ਵਲ ਵਲ ਉਹ ਤਰ ਹੈ।
ਅੰਤਕਾਲ ਜੋ ਇਸਤਰੀ ਸਿਮਰੈ ਵੇਸਵਾ ਜੋਣ ਵਲ ਵਲ ਉਹ ਤਰੈ। ਕਹਿੰਦੇ ਵੇਖ ਲੈ ਉਹਨੂੰ ਕਿੱਥੇ ਖਿਆਲ ਰੱਖੇਗਾ ਅੰਤਕਾਲ। ਸਿੱਧਾ ਦੱਸਤਾ ਅੰਤ ਬਾਰ ਨਾਨਕ ਬਿਨ ਹਰਜੀ ਪਰਮਾਤਮਾ ਤੋਂ ਬਿਨਾਂ ਕਿਸੇ ਨੇ ਸਾਥ ਨਹੀਂ ਦੇਣਾ। ਕਬੀਰ ਜੀ ਮਹਾਰਾਜ ਆਖਦੇ ਹਰ ਬਿਨ ਕੌਣ ਸਹਾਈ ਮਨ ਕਾ ਦੱਸੋ ਮੈਨੂੰ, ਹਰ ਬਿਨ ਪਰਮਾਤਮਾ ਤੋਂ ਬਿਨਾਂ ਤੇਰਾ ਕੋਈ ਸਹਾਈ ਹੋਇਆ। ਆ ਕਰੋੜਾਂ ਜੋੜੇ ਲੱਖਾਂ ਜਰੋੜੇ ਕੋਠ ਜੋੜੇ ਲੱਖ ਕੋੜੇ ਮਾਨਣਾ ਹੋ ਰਿਹਾ, ਪਰੇ ਪਰੇ ਸਿਉਂ ਦੂਜੀ ਹੈ ਰੇ। ਕਿੰਨੇ ਪੈਸੇ ਜੋੜ ਲਏ, ਕਿੰਨੇ ਸੋਹਣੇ ਸੁੰਦਰ ਮਹਿਲ ਬਣਾ ਲਏ, ਪਰ ਸਾਧ ਸੰਗਤ ਜੀ ਜਿੰਨੇ ਮਰਜ਼ੀ ਪੈਸੇ ਬਣਾ ਲਈਏ, ਜਿੰਨਾ ਮਰਜ਼ੀ ਘਰ ਉੱਚਾ ਬਣਾ ਲਈਏ, ਪਰ ਮਹਾਰਾਜ ਦੀ ਬਾਣੀ ਆਖਦੀ ਅੱਜ ਤਾਂ ਹੀ ਰਾਵਣ ਤੋਂ ਵੱਡਾ ਘਰ ਨਹੀਂ ਕੋਈ ਬਣਾ ਸਕਿਆ। ਕਿਉਂਕਿ ਲੰਕਾ ਸਾ ਕੋਟ ਸਮੁੰਦ ਸੀ ਕਾਈ ਤੇ ਰਾਵਣ ਘਰ ਖਬਰ ਨਾ ਪਾਈ। ਕਹਿੰਦੇ ਜਦੋਂ ਪਰਮਾਤਮਾ ਨੇ ਉਹਨੂੰ ਦਿੱਤਾ ਉਹਦਾ ਸੋਨੇ ਦਾ ਮਹਿਲ ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਕਹਿੰਦੇ ਮੂਰਖੋ ਦੱਸੋ ਸਹੀ ਮੈਨੂੰ ਰਾਵਣ ਕੀ ਲੈ ਕੇ ਗਿਆ। ਵਿਚਾਰ ਕਰ ਕਿਤੇ, ਰਾਵਣ ਤੋਂ ਜ਼ਿਆਦਾ ਤਾਂ ਪੈਸਾ ਨਹੀਂ ਨਾ ਕਿਸੇ ਕੋਲ, ਰਾਵਣ ਤੋਂ ਜ਼ਿਆਦਾ ਸੋਨਾ ਵੀ ਨਹੀਂ ਕਿਸੇ ਕੋਲ ਹੋਣਾ। ਇੱਥੇ ਕਿਲੋ ਦੋ ਕਿਲੋ ਪੰਜ ਕਿਲੋ ਹੋਵੇ ਧਰਤੀ ਤੋਂ 4 ਫੁੱਟ ਤਾਂ ਜਾਂਦਾ, ਬੰਦੇ ਨੂੰ ਬੰਦਾ ਨਹੀਂ ਸਮਝਦਾ। ਪਰ ਰਾਵਣ ਕਬੀਰ ਜੀ ਮਹਾਰਾਜ ਦਿਸਦੇ ਉਹਦਾ ਰਾਵਣ ਦਾ। ਕਹਿੰਦੇ ਵੇਖ ਲਓ ਚੰਦ ਸੂਰਜ ਜਾਂ ਕੇ ਤਪਤ ਰਸੋਈ, ਚੰਦਰਮਾ ਅਤੇ ਸੂਰਜ ਭਾਵ ਦਿਨੇ ਅਤੇ ਰਾਤੀ ਉਹਦੀ ਰਸੋਈ ਤਪਦੀ ਰਹਿੰਦੀ ਸੀ, ਦਿਨ ਰਾਤੀ ਉਹਦੀ ਰਸੋਈ ਦੇ ਵਿੱਚ। ਹੁਣ ਇਹ ਰਹੀ, ਚੰਦਰਮਾ ਥੱਲੇ ਉਤਰ ਕੇ ਉਹਦੀ ਰੋਟੀ ਬਣਾਉਂਦਾ ਸੀ, ਸੂਰਜ ਥੱਲੇ ਉਤਰ ਕੇ ਉਹਦੀ ਰੋਟੀ ਬਣਾਉਂਦਾ ਸੀ ਨਾ। ਚੰਦ ਸੂਰਜ ਜਾਂ ਕੇ ਤਪਤ ਰਸੋਈ, ਜਿਹਦੀ ਰਸੋਈ ਦੇ ਵਿੱਚ ਚੰਦਰਮਾ ਅਤੇ ਸੂਰਜ ਤੋਂ ਲੈ ਕੇ ਚੰਦਰਮਾ ਤੱਕ, ਚੰਦਰਮਾ ਤੋਂ ਲੈ ਕੇ ਸੂਰਜ ਤੱਕ, ਦਿਨ ਤੋਂ ਲੈ ਕੇ ਰਾਤ ਤੱਕ, ਸ਼ਾਮ ਤੱਕ, ਪਹਿਰ ਤੱਕ ਪ੍ਰਸ਼ਾਦਾ ਪੱਕਦਾ ਰਹਿੰਦਾ ਸੀ, ਅੱਗ ਬਲਦੀ ਰਹਿੰਦੀ ਸੀ, ਉਹਦੇ ਘਰ ਰੋਟੀ ਬਣਦੀ ਰਹਿੰਦੀ ਸੀ। ਕਿਉਂ? ਕਿਉਂਕਿ ਉਹਦਾ 1 ਲੱਖ ਪੁੱਤਰ ਸੀ, 1.25 ਲੱਖ ਉਹਦਾ ਨਾਤੀ ਸੀ। ਅਤੇ ਉਹਦੇ ਜਦੋਂ ਹੁਣ ਇੰਨੇ 1 ਲੱਖ ਪੁੱਤਰ 1.25 ਲੱਖ ਦੋਹਤੇ ਦੋਹਤੀਆਂ, ਅਤੇ ਉਹਨਾਂ ਦੀਆਂ ਘਰ ਦੀਆਂ ਗਿਣ ਲਓ ਕਿੰਨੀਆਂ ਕਿੰਨੀਆਂ ਹੋ ਗਈਆਂ। ਹੁਣ ਮਹਾਰਾਜ ਆਖਦੇ ਕਹਿੰਦੇ ਚੰਦ ਸੂਰਜ ਜਾਂ ਕੇ ਤਪਤ ਰਸੋਈ ਬੈਸੰਤਰ ਅੱਗ, ਬੈਸੰਤਰ ਜਾਂ ਕੇ ਕੱਪੜੇ ਧੋਈ, ਅੱਗ ਨਾਲ ਉਹਦੇ ਕੱਪੜੇ ਧੋਤੇ ਜਾਂਦੇ ਸੀ। ਕਿਉਂ? ਕਿਉਂਕਿ ਉਸ ਲੰਕਾ ਦੇ ਆਲੇ ਦੁਆਲੇ ਸਮੁੰਦਰ ਸੀ ਜਿਹਦਾ ਸਾਰਾ ਪਾਣੀ ਖਾਰਾ ਸੀ। ਉਸ ਪਾਣੀ ਨੂੰ ਕੜਾਹਿਆਂ 'ਚ ਪਾ ਪਾ ਕੇ ਉਬਾਲ ਕੇ ਉਹਦੇ ਵਿੱਚੋਂ ਭਾਫ਼ ਬਣਾ ਕੇ ਉਹਦੇ 'ਚੋਂ ਜਿਹੜਾ ਪਦਾਰਥ ਸੀ, ਜੋ ਲੂਣ ਦੇ ਪਦਾਰਥ ਸੀ, ਉਹ ਵੱਖਰੇ ਕੱਢ ਕੇ ਪਾਣੀ ਨੂੰ ਉਬਾਲ ਕੇ ਉਹਦੇ ਵਿੱਚ ਉਹਦੇ ਕੱਪੜੇ ਧੋਤੇ ਜਾਂਦੇ ਸੀ। ਜਿਹੜੀ ਅੱਗ ਸੀ 24 ਘੰਟੇ 8 ਪੈਰ ਅੱਗ ਬਲ ਬਲ ਕੇ ਉਹਦੇ ਕੱਪੜੇ ਧੋਂਦੀ ਸੀ। ਉਹਦੇ ਕੱਪੜੇ 1 ਲੱਖ ਪੁੱਤਰ ਦੇ, 1.25 ਲੱਖ ਉਹਦੇ ਨਾਤੀਆਂ ਦੇ, ਉਹਨਾਂ ਦੇ ਘਰਦਿਆਂ ਦੇ ਅਤੇ ਬਾਕੀ ਪਰਿਵਾਰ ਦੇ, 8 ਪੈਰ ਜਿਹਦੇ ਕੱਪੜੇ ਧੁੱਪਦੇ ਰਹਿੰਦੇ ਸੀ, ਜਿਹਦੀ ਰਸੋਈ ਵਿੱਚ ਅੱਗ ਬਲਦੀ ਰਹਿੰਦੇ ਸੀ। ਅਤੇ ਮਹਾਰਾਜ ਕਬੀਰ ਜੀ ਮਹਾਰਾਜ ਆਖਦੇ ਵੇਖ ਲਓ ਭਾਈ, ਇਹਨਾਂ ਕੁਛ ਹੋਣ ਦੇ ਬਾਵਜੂਦ ਵੀ ਜਦੋਂ ਗਿਆ ਤਾਂ ਕਹਿੰਦੇ ਖਾਲੀ ਹੱਥ ਗਿਆ, ਮਿਲਿਆ ਕੱਖ ਨਹੀਂ। ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉਂ ਸੰਸਾਰ। ਇੰਨਾ ਸੋਹਣਾ ਹੋਣ ਦੇ ਬਾਵਜੂਦ ਵੀ ਲੰਕਾ ਸਾ, ਲੰਕਾ ਗੜ੍ਹ ਸੋਨੇ ਕਾ, ਪੂਰੇ ਦਾ ਪੂਰਾ ਕਿਲਾ ਸੋਨੇ ਦਾ ਹੋਣ ਦੇ ਬਾਵਜੂਦ ਵੀ ਜਦੋਂ ਗਿਆ ਖਾਲੀ ਗਿਆ। ਦਸਵੇਂ ਪਾਤਸ਼ਾਹ ਵੀ ਆਖਦੇ ਨਾ, ਕਹਿੰਦੇ ਭਾਈ ਵਿਚਾਰ ਕਰਕੇ ਵੇਖ, ਤੇਰੇ ਨਾਲ ਕੁਛ ਜਾਣਾ। ਨੌਵੇਂ ਪਾਤਸ਼ਾਹ ਲਿਖ ਰਹੇ ਹਨ ਅੰਤ ਬਾਰ ਨਾਨਕ ਬਿਨ ਹਰਜੀ ਕੋਊ ਕਾਮ ਨਾ ਆਇਓ। ਕਹਿੰਦੇ ਭਾਈ ਕੋਈ ਕੰਮ ਹੀ ਨਹੀਂ ਆਇਆ, ਬਣਿਆ ਹੀ ਨਹੀਂ। ਇੱਥੋਂ ਤਾਂ ਹੀ ਜਿਹੜੇ ਸਰੀਰ ਦਾ ਮਾਣ ਕਰਦੇ ਸੀ, ਉਹ ਸਰੀਰ ਵੀ ਸਾਡਾ ਨਹੀਂ ਬਣਿਆ, ਉਹ ਸਰੀਰ ਵੀ ਸਾਡੇ ਨਾਲ ਨਹੀਂ ਗਿਆ। ਮਹਾਰਾਜ ਆਖਦੇ ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ। ਜਿਹੜਾ ਸਰੀਰ ਆਪਾਂ ਆਪਣੇ ਨਾਲ ਲੈ ਕੇ ਫਿਰਦੇ ਸੀ, ਉਹ ਸਰੀਰ ਵੀ ਸਾਡੇ ਨਾਲ ਨਹੀਂ ਜੇ ਗਿਆ। ਕਿ ਗਿਆ ਕਿਸੇ ਦਾ ਦੱਸ ਦਿਓ, ਕਿਸੇ ਇੱਕ ਦਾ ਗਿਆ ਹੋਵੇ, ਕਿੰਨੇ ਗਏ? ਮਹਾਰਾਜ ਕਹਿੰਦੇ ਸਰੀਰ ਵੀ ਨਾਲ ਨਹੀਂ ਹੋਇਆ, ਜਿਹੜੇ ਸਰੀਰ ਦਾ ਮਾਣ ਕਰਦੇ ਸੀ, ਜਿਹੜੇ ਧੀਆਂ ਪੁੱਤਰਾਂ ਦਾ ਮਾਣ ਕਰਦੇ ਸੀ। ਮਹਾਰਾਜ ਕਹਿੰਦੇ ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਉਹਨਾਂ ਪਿਆਰਿਆਂ ਭਾਈਆਂ ਦੇ ਮੋਹਰੇ ਮੌਤ ਦੇ ਪਰਵਾਨਿਆਂ ਨੇ ਗਲ ਵਿੱਚ ਫਾਹੀ ਪਾ ਦਿੱਤੀ ਅਤੇ ਕੋਈ ਸਾਥ ਨਹੀਂ ਦਿੱਤਾ, ਕੋਈ ਬੰਦਾ ਨਾਲ ਨਹੀਂ ਚੱਲਿਆ। ਸੋ ਇਸੇ ਵਾਸਤੇ ਮਹਾਰਾਜ ਆਖਦੇ ਕੋਊ ਕਾਮ ਨਹੀਂ ਆਉਣਾ, ਕਿਸੇ ਨੇ ਸਾਥ ਨਹੀਂ ਦੇਣਾ। ਰਾਵਣ ਵਸੂ ਰਾਵਣ ਹੂਸੇ ਅਧਿਕ ਛਤਰਪਤ, ਕਹਿੰਦੇ ਰਾਵਣ ਤੋਂ ਵੱਡੇ ਵੱਡੇ ਰਾਜੇ ਜਿਹੜੇ ਸੀ ਉਹ ਵੀ ਨੰਗੇ ਪੈਰੋਂ ਤੋਂ ਗਏ, ਉਹਨਾਂ ਦਾ ਵੀ ਹੱਥ ਕੱਖ ਨਹੀਂ ਲੱਗਿਆ। ਜਦੋਂ ਇਸ ਸੰਸਾਰ ਤੋਂ ਗਏ ਮਿਲਿਆ ਕੱਖ ਨਹੀਂ। ਅਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੀ ਬਾਣੀ ਵਿੱਚ ਜੋ ਸੰਬੋਧਨ ਕਰ ਰਹੇ ਹਨ, ਉਹ ਆਖ ਰਹੇ ਹਨ, ਕਹਿੰਦੇ ਬਿਪਤ ਭਰੀ ਸਭ ਹੀ ਸੰਗ ਛਾਡਤ, ਕੋਊ ਨਾ ਆਵਤ ਨੇਰੇ ਔਸ਼, ਕੋਊ ਨਾ ਆਵਤ ਨੇਰੇ, ਕੋਊ ਨਾ ਆਵਤ ਨੇਰੇ।
विपत परी सब ही संग छाड़त विपत परी सब ही संग छाड़त सब ही संग छाड़त विपत परी सब ही संग छाड़त को ना आवत नेरे 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 किसी ने साथ नहीं देना किसी ने नाल नहीं जाना जो कमाया है गुरु नानक साहब पातशाह दे पातशाह आखदे सहो वे जिया अपना किया कहिंदे हुण सह झूठ बोलिया सी सह फरेब कीता सी सह दगा दिता सी सह जो भी कीता जो बीजिया अक्सर अही सुनदे आ कहिंदे जो बीजिया उह वढ़ना पैना वढ़ना नहीं पैना ਵੱਢਣਾ ਨਹੀਂ ਪੈਣਾ ਮਹਾਰਾਜ ਆਖਦੇ ਆਪੇ ਬੀਜ ਆਪੇ ਹੀ ਖਾਓ ਇੱਕ ਤਾਂ ਬੀਜਿਆ ਉਹਨੂੰ ਵੱਢਣਾ ਵੀ ਪੈਣਾ ਅਤੇ ਨਾਲ ਖਾਣਾ ਵੀ ਪੈਣਾ ਬੀਜਿਆ ਸੀਗਾ ਨਾ ਅਜੇ ਰਾਜੇ ਨੇ ਅਜੇ ਰਾਜੇ ਦੀ ਸਾਖੀ ਸੁਣੀ ਮਹਾਰਾਜ ਆਖਦੇ ਅਜੇ ਸੁਰੋਵੈ ਭੀਖਿਆ ਖਾਏ ਐਸੀ ਦਰਗਾਹ ਮਿਲਾ ਸਜਾਏ ਕਹਿੰਦੇ ਉਹਨੇ ਲਿੱਦ ਬੀਜੀ ਸੀ ਅਤੇ ਉਹਨੂੰ ਲਿੱਦ ਖਾਣੀ ਪਈ ਸੀ ਜਿਹੜਾ ਦਾਨ ਦਿੱਤਾ ਸੀ ਅਜੇ ਸੁਰੋਵੈ ਭੀਖਿਆ ਖਾਏ ਐਸੀ ਦਰਗਾਹ ਮਿਲਾ ਸਜਾਏ ਇਸ ਵਾਸਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਨਾਲ ਜੁੜੀਏ ਅਸੀਂ ਤੁਹਾਨੂੰ ਜੋੜਨ ਦਾ ਯਤਨ ਕਰ ਸਕਦੇ ਹਾਂ ਜੋੜ ਨਹੀਂ ਸਕਦੇ ਕਿਉਂ ਕਿਉਂਕਿ ਜੋੜਨਾ ਦੇ ਪਰਮਾਤਮਾ ਨੇ ਤੁਸੀਂ ਜੁੜਨ ਦਾ ਯਤਨ ਕਰ ਸਕਦੇ ਹੋ ਪਰ ਜੋੜਨਾ ਪਰਮਾਤਮਾ ਨੇ ਹੈ ਪਰਮਾਤਮਾ ਦੀ ਬਾਣੀ ਆਖਦੀ ਆਪੇ ਸਾਜੇ ਆਪੇ ਰੰਗੇ ਆਪੇ ਨਜ਼ਰ ਕਰੇ ਆਪੇ ਹੀ ਸਾਜਣ ਵਾਲਾ ਆਪੇ ਰੰਗਣ ਵਾਲਾ ਆਪੇ ਮਤ ਦਿੰਦਾ ਹੈ ਆਪੇ ਬਿਠਾਉਂਦਾ ਹੈ ਮਹਾਰਾਜ ਆਖਦੇ ਆਪੇ ਸੰਗਤ ਸੱਦ ਬਹਾਲੇ ਆਪੇ ਵਿਦਾ ਕਰਾਵੇ ਆਪੇ ਧਰਤੀ ਆਪ ਹੈ ਰਾਹਕ ਆਪੇ ਜਮਾਏ ਪਸਾਵੇ ਤੁਹਾਨੂੰ ਸਾਨੂੰ ਸਾਰਿਆਂ ਨੂੰ ਰਿਜਕ ਦੇਣ ਵਾਲਾ ਵੀ ਪਰਮਾਤਮਾ ਤੁਹਾਡੇ ਸਾਡੇ ਸਾਰਿਆਂ ਨੂੰ ਨਾਸ ਕਰਨ ਵਾਲਾ ਵੀ ਪਰਮਾਤਮਾ ਦਸਵੇਂ ਪਾਤਸ਼ਾਹ ਆਖਦੇ ਨਾ ਖੰਡਾ ਪ੍ਰਥਮੈ ਸਾਜ ਕੇ ਜਿਨ ਸਭ ਸੰਸਾਰ ਉਪਾਇਆ ਤੈਥੋਂ ਵੇਖ ਲਓ ਕਹਿੰਦੇ ਖੰਡਾ ਪਰਮਾਤਮਾ ਨੇ ਪਹਿਲਾਂ ਖੰਡਾ ਨਾਸ ਕਰਨ ਵਾਲਾ ਖੰਡ ਕਰਨ ਵਾਲਾ ਮਾਰਨ ਵਾਲਾ ਪਹਿਲਾਂ ਹੀ ਇਸ ਸੰਸਾਰ 'ਤੇ ਆਉਣ ਤੋਂ ਪਹਿਲਾਂ ਹੀ ਭੇਜ ਦਿੱਤਾ ਸੋ ਸਾਧ ਸੰਗਤ ਜਿਹੜੇ ਬੰਦਿਆਂ ਨੇ ਸਾਡੇ ਨਾਲ ਜਾਣਾ ਕਿਹੜੇ ਬੰਦਿਆਂ ਨੇ ਸਾਡੇ ਨਾਲ ਜਾਣਾ ਮਹਾਰਾਜ ਕਹਿੰਦੇ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਸੇ ਦਰਗਾਹ ਆਏ ਕੰਮ ਜਿਹੜੇ ਚੰਗੇ ਅਮਲ ਕੀਤੇ ਹਨ ਮਹਾਰਾਜ ਦੀ ਬਾਣੀ ਆਖਦੀ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਬੈਸਣ ਪਾਈ ਹੈ ਸੇਵਾ ਸਿਮਰਨ ਇਹ ਪਰਮਾਤਮਾ ਦੇ ਨਾਲ ਜਾਣੇ ਹਨ ਇਹਨੇ ਕੁ ਬਚਨਾਂ ਨਾਲ ਫਤਿਹ ਬੁਲਾਉਂਦੇ ਹਾਂ ਕੀਤੀ ਹੋਈ ਅਰਦਾਸ ਬੇਨਤੀ ਜੋਧਰੀ ਸਤਿਗੁਰੂ ਤੁਹਾਡੀ ਸਾਰਿਆਂ ਦੀ ਸਰਵਣ ਕਰਨ ਭੁੱਲ ਚੁੱਕ ਦੀ ਖਿਮਾ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ